ਪਟਿਆਲਾ 'ਚ ਤੋਪਖਾਨਾ ਤੇ ਕੰਟੇਨਮੈਂਟ ਏਰੀਆ 'ਚ ਲੋਕਾਂ ਦਾ ਸਰਕਾਰ ਖਿਲਾਫ ਗੁੱਸਾ ਫੁੱਟ ਪਿਆ ਹੈ। ਇਸ ਮੌਕੇ ਲੋਕਾਂ ਨੇ ਹੰਗਾਮਾ ਕਰਦਿਆਂ ਕਿਹਾ ਕਿ ਸਾਨੂੰ ਅੰਦਰ ਬੰਦ ਕੀਤਾ ਹੋਇਆ ਹੈ, ਪਰ ਸ਼ਰਾਬ ਦੇ ਠੇਕੇ ਬੰਦ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਸਾਡੇ ਰੋਜ਼ਗਾਰ ਵੀ ਬੰਦ ਹੋਏ ਨੇ ਤੇ ਸਰਕਾਰ ਵੱਲੋਂ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਮਾੜੇ ਸਮੇਂ ਦੇ ਵਿੱਚ ਉਹ ਕਿੱਥੇ ਜਾਣ ਤੇ ਸਰਕਾਰ ਇਸ ਗੱਲ ਦਾ ਜਵਾਬ ਦੇਵੇ, ਨਹੀਂ ਤਾਂ ਸਾਨੂੰ ਆਪਣਾ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਜਾਏ ਤਾਂ ਜੋ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ। ਅਸੀਂ ਐਵੇਂ ਬੈਠੇ, ਕੰਮ ਬਿਲਕੁਲ ਨਹੀਂ ਹੈਗਾ। ਹੁਣ ਕੰਮ ਥੋੜਾ ਬੱਚੇ ਕਰਨ ਜਾਂਦੇ ਪਏ ਨੇ ਤੇ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਹੈਗਾ। ਕਹਿੰਦੇ ਤੋਪਖਾਨਾ ਮੋੜ ਤਾਂ ਆਇਆ, ਅਸੀਂ ਤੁਹਾਨੂੰ ਨਹੀਂ ਰੱਖਣਾ ਹੈਗਾ। ਇੰਨਾ ਕਹੀਏ ਤੁਸੀਂ ਬਾਹਰ ਜਾਓ, ਅਸੀਂ ਫਿਰ ਕੀ ਕਰੀਏ, ਕੀ ਖਾਈਏ, ਕੀ ਖਾਈਏ ਤੁਸੀਂ ਦੱਸੋ। ਅਸੀਂ ਵੀ ਬਿੱਲ ਹੈਗਾ, ਬਿੱਲ ਕਿੱਥੋਂ ਭਰੀਏ? ਨਹੀਂ ਬਿੱਲ ਕਿਰਾਇਆ ਫੜੂ ਦੇਵਾ, ਸੋਣਾ ਤਾਂ ਫਰੀ। ਬਿੱਲ ਕਿੱਥੋਂ ਭਰੀਏ, ਕਿਰਾਇਆ ਕਿੱਥੋਂ ਦਈਏ? ਜੇ ਖਾਣ ਦੇ ਪੈਸੇ ਨਹੀਂ ਹੈ ਤਾਂ ਬਿੱਲ ਕਿਰਾਇਆ ਕਿੱਥੋਂ ਭਰਾਂਗੇ? ਤੁਸੀਂ ਦੱਸੋ ਸਾਨੂੰ, ਸਰਕਾਰ ਦੱਸੋ ਸਾਨੂੰ ਵੀ ਕੀ ਕਰੀਏ। ਅਸੀਂ ਸਾਡੇ ਲਈ ਕੀ ਕੀਤਾ ਸੀ, ਅਸੀਂ ਕੀ ਕਰੀਏ? ਸਾਰਾ ਤੋਪਖਾਨਾ ਬਦਨਾਮ ਕਰ ਦਿੱਤਾ, ਇੱਜ਼ਤ ਨਾਮ ਦੇ ਨਾਲ ਕੋਈ ਕੰਮ ਨਹੀਂ ਦਿੰਦਾ ਪਿਆ। ਪਹਿਲੇ ਨੇ ਭੁੱਖ ਮਰ ਕੇ ਬੰਦਾ ਮਰ ਜੂਗਾ। ਠੇਕਾ ਬੰਦ ਕਰਾਓ, ਇੱਥੇ ਸਾਰਾ ਲਾ ਦਿੱਤਾ ਸੀਲ ਤੇ ਠੇਕਾ ਸਾਰਾ ਖੁੱਲਾ ਪਿਆ। ਸਾਰੀ ਦੁਨੀਆ ਠੇਕੇ ਦੀ ਗੰਦੀ ਹੈ, ਜਵਾਨ ਜਾਨ ਦੀ ਰਾਸ਼ਨ ਤੁਹਾਨੂੰ ਹੈਗਾ ਨਹੀਂ। ਬਿਮਾਰੀ ਤਾਂ ਬਿਮਾਰੀ ਹੈ ਜਿਹੜੀ ਬਿਮਾਰੀ ਕੋਲ। ਠੇਕੇ ਕਿਉਂ ਨਹੀਂ ਬੰਦ ਹੋ ਰਹੇ? ਠੇਕੇ ਨੂੰ ਬੰਦ ਕਰਾਓ, ਉੱਥੋਂ ਦੀ ਠੇਕੇ ਬੰਦ ਕਰਾਓ ਤੁਸੀਂ ਪਹਿਲੇ। ਸਾਨੂੰ ਨਹੀਂ ਪਤਾ, ਇਹ ਨਹੀਂ ਤਾਂ ਸਾਨੂੰ ਪਤਾ ਹੈ ਕਿ ਸਰ ਤਾਈ ਨਾ, ਸਾਨੂੰ ਨਹੀਂ ਪਤਾ ਗਿਆ ਇਹ ਚੀਜ਼ ਦਾ। ਅਸੀਂ ਅਨਪੜ੍ਹ ਹੈਗੇ, ਪੜ੍ਹੇ ਲਿਖੇ ਹੈਗੇ ਨਹੀਂ, ਲੋਕਾਂ ਵਿੱਚ ਨਾ ਫੈਲ ਸਕੇ। ਪ੍ਰਸ਼ਾਸਨ ਦਾ ਕਹਿਣਾ ਕਿ ਜੋ ਹੈਲਥ ਡਿਪਾਰਟਮੈਂਟ ਨੇ ਹਦਾਇਤਾਂ ਦਿੱਤੀਆਂ ਨੇ ਉਸ ਦੇ ਮੁਤਾਬਿਕ ਅਸੀਂ ਕੰਮ ਕੀਤਾ ਹੈ ਸਰ। ਨਹੀਂ ਨਹੀਂ ਸਰ, ਮੈਂ ਚਲੋ ਮੰਨਿਆ, ਇਹਨਾਂ ਨੇ ਕੁਝ ਏਰੀਆ ਵੀ ਤਾਂ ਡਿਕਲੇਅਰ ਕੀਤਾ ਹੋਣਾ ਵੀ 1.5 ਕਿਲੋਮੀਟਰ 2 ਕਿਲੋਮੀਟਰ, ਫਿਰ ਉਹ ਏਰੀਆ ਕਿਉਂ ਛੱਡੇ ਸਰ? ਤੁਸੀਂ 100 ਮੀਟਰ ਨੂੰ ਕਿਉਂ ਛੱਡਤਾ? ਇਹ ਕੋਈ ਵਿਸ਼ੇਸ਼ ਗੱਲ ਹੈ? ਉਹ ਵੀ ਤਾਂ ਤੋਪਖਾਨਾ ਮੋੜ 'ਚ ਹੀ ਆਉਂਦਾ, ਤੁਸੀਂ ਉਸਨੂੰ ਓਬਜੈਕਸ਼ਨ ਕਿਉਂ ਰਿਹਾ ਜਾ ਲੋਕਾਂ 'ਚ? ਲੋਕਾਂ 'ਚ ਇਹੀ ਜ਼ਿਆਦਾ ਓਬਜੈਕਸ਼ਨ ਹੋ ਰਿਹਾ ਹੈ ਵੀ ਉਸ ਏਰੀਆ ਨੂੰ ਛੱਡ ਕੇ ਸਾਡੇ 'ਤੇ ਬਲੇਮ ਕਰ ਰਿਹਾ। ਜਦੋਂ ਮੀਡੀਆ ਵਿੱਚ ਕੋਈ ਏਰੀਆ ਦੇ ਪ੍ਰਤੀ, ਜਦ ਏਰੀਆ ਦੇ ਪ੍ਰਤੀ ਕੋਈ ਗਲਤ ਸਟੇਟਮੈਂਟ ਆਊਗੀ ਤਾਂ ਲੋਕਾਂ ਦੇ ਪਰੇਸ਼ਾਨ ਹੋਣਗੇ। ਮੈਂ ਇਹ ਕਹਿ ਰਿਹਾ, ਇਹ ਬੈਰੀਕੇਡ ਉਸ ਚੌਕ 'ਚ ਲੱਗਣਾ ਚਾਹੀਦਾ ਹੈ ਅਤੇ ਹਰੇਕ ਪਰਿਵਾਰ ਦੇ ਇੱਕ ਬੰਦੇ ਨੂੰ ਆਧਾਰ ਕਾਰਡ ਦੀ ਪਹਿਚਾਣ ਪੱਤਰ ਦੇ, ਉਹਨੂੰ ਰਾਸ਼ਨ ਲੈਣ, ਦੁੱਧ ਔਰ ਮੈਡੀਸਨ ਲੈਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਉਹ ਬੰਦੇ ਆਪਣਾ ਜੀਵਨ ਨੂੰ ਜੀ ਸਕੇ। ਕਿਉਂਕਿ ਇਹ ਦੁੱਖ ਦੀ ਘੜੀ ਵਿੱਚ ਇਹਨਾਂ ਕੋਲ ਨਾ ਰਾਸ਼ਨ ਹੈ, ਇਹ ਜਿੰਨਾ ਮੁਸ਼ਕਿਲ ਜੀਵਨ ਜੀ ਰਹੇ ਨੇ 4 ਮਹੀਨੇ ਤੋਂ, ਇਹਨੂੰ ਐਕਸਪਲੇਨ ਕਰਨਾ ਬਹੁਤ ਮੁਸ਼ਕਿਲ ਹੈ। ਇਹ ਇੰਨੇ ਦਰਦ ਜੀਵਨ 'ਚ ਰੁਕ ਰਿਹਾ। ਮੈਂ ਸਪੈਸ਼ਲੀ ਮਹਾਰਾਣੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ, ਉਹਨਾਂ ਨੂੰ ਇਸ ਏਰੀਆ ਲਈ ਘੱਟ ਤੋਂ ਘੱਟ 1,00,000 ਬੰਦਿਆਂ ਲਈ ਰਾਸ਼ਨ ਪ੍ਰੋਵਾਈਡ ਕੀਤਾ। ਮੈਂ ਉਹਨਾਂ ਦਾ ਵੀ ਇਸ ਲਈ ਧੰਨਵਾਦ ਕਰਦਾ। ਉੱਥੇ ਹੀ ਲੋਕਾਂ ਦੇ ਗੁੱਸੇ ਨੂੰ ਵੇਖਦਿਆਂ ਪੁਲਿਸ ਤੇ ਡਿਊਟੀ ਮੈਜਿਸਟ੍ਰੇਟ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਾਇਆ। ਕਿਹਾ ਗਿਆ ਵੀ ਆਪਣਾ ਤੁਸੀਂ ਉਹ ਠੀਕ ਰਹੋ, ਤੁਹਾਡੀ ਚੈਕਿੰਗ ਹੋ ਰਹੀ ਹੈ, ਤੁਹਾਡੇ ਬਚਾਓ ਲਈ ਇਹ ਪ੍ਰਸ਼ਾਸਨ ਨੇ ਬੰਦ ਕੀਤਾ ਵੀ ਇਹਦੀ ਠੀਕ ਹੈ। ਜੇ ਇਹਨਾਂ ਨੂੰ ਕੋਈ ਇਹਨਾਂ ਨੂੰ ਪ੍ਰੋਬਲਮ ਹੈ ਉਹ ਅਸੀਂ ਜਿਹੜੀ ਹੈ ਸੋਲਵ ਕਰ ਦਾਂਗੇ, ਇਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਉਹ ਜਲਦੀ ਹੀ ਕਰਵਾ। ਕੁਝ ਲੋਕਾਂ ਦਾ ਆਰੋਪ ਸੀਗਾ ਜਿਹੜਾ ਬੈਰੀਗੇਟ ਇੱਥੇ ਲੱਗਿਆ ਇਹ ਥੋੜ੍ਹਾ ਅੱਗੇ ਲੱਗ ਜਾਵੇ ਤਾਂ ਜੋ ਇਹ ਸ਼ਰਾਬ ਦਾ ਠੇਕਾ ਜਾਂ ਮੀਟ ਦੀਆਂ ਦੁਕਾਨਾਂ ਉਹ ਵੀ ਬੰਦ ਹੋ ਜਾਣ। ਇੱਥੇ ਜਿਵੇਂ ਵੀ ਆਪਾਂ ਨੂੰ ਡਾਕਟਰ ਟੀਮ ਵੱਲੋਂ ਜਾਂ ਗਾਈਡ ਕੀਤਾ ਜਾਂਦਾ ਵੀ ਇਹ ਏਰੀਆ ਦੇ ਵਿੱਚ ਥੋੜ੍ਹੀ ਪ੍ਰੋਬਲਮ ਹੈ, ਉਹਨਾਂ ਏਰੀਆ ਹੀ ਜਿਹੜਾ ਰੈਸ਼ੀ ਹੈ ਉਹ ਸੀਲ ਕੀਤਾ। ਅੱਛਾ, ਡਾਕਟਰਾਂ ਦੇ ਐਕਸਪੀਰੀਅੰਸ ਦਾ ਕਹਿਣਾ ਕਿ ਡਾਕਟਰਾਂ ਨੂੰ ਇਹਨਾਂ ਦੇ ਕਈ ਸਵਾਲਾਂ ਦੇ ਏਰੀਆ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ, ਠੀਕਾ ਖੁੱਲਿਆ ਜਿਹੜੀ ਬੰਦ ਨਹੀਂ ਕੀਤਾ ਜਾ ਰਿਹਾ। ਉਸ ਸੰਬੰਧੀ ਮੈਂ ਮਾਨਯੋਗ ਡਿਕ ਸਾਹਿਬ ਅਤੇ ਐਸਡੀਐਮ ਸਾਹਿਬ ਨੂੰ ਦੱਸ ਦਾਂਗਾ ਵੀ ਇਹ ਇੰਨੇ ਏਰੀਏ ਦੀ ਪ੍ਰੋਬਲਮ ਉਹਨਾਂ ਨੂੰ ਆ ਰਹੀ ਹੈ ਉਹਦੇ ਬਾਰੇ ਉਹ ਜੋ ਕਹਿਣਗੇ। 147 ਅਤੇ 187 ਦੀ ਕਾਰਵਾਈ ਕੀਤੀ ਜਾਂਦੀ ਹੈ। ਬਿਲਕੁਲ ਜੀ, ਜੇ ਇਕੱਠੇ ਹੋਣਗੇ ਇਹਨਾਂ ਦਾ ਆਪਦਾ ਨੁਕਸਾਨ ਵੀ ਹੈ, ਕਾਰਵਾਈ ਵੀ ਹੋਏਗੀ, ਅਤੇ ਜੇ ਇਹ ਇਕੱਠੇ ਰਹਿਣਗੇ ਤਾਂ ਪ੍ਰੋਬਲਮ ਬਿਮਾਰੀ ਦੀ ਐਡੀ ਹੈ, ਇਹ ਤਾਂ ਆਪ ਹੀ ਚਾਹੀਦਾ ਇਨਸਾਨ ਨੂੰ ਕਿ ਅਸੀਂ 6 ਫੁੱਟ ਦੀ ਦੂਰੀ। ਸਰ ਵੈਸੇ ਕਿੰਨੇ ਕੇਸ ਆਏ ਨੇ? ਇਹਦੇ ਬਾਰੇ ਮੈਨੂੰ ਪੂਰੀ ਰਿਪੋਰਟ ਨਹੀਂ ਹੈ, ਪਰ ਕੇਸ ਖਾਸੇ ਨੇ ਜੋ ਵੀ ਹੈ ਇਹਨਾਂ ਦਾ ਉਹ ਪੂਰਾ ਚੈੱਕ ਹੋ ਕੇ, ਘਬਰਾਉਣ ਦੀ ਕੋਈ ਐਸੀ ਲੋੜ ਨਹੀਂ।